ਜੋ ਜੈਤੋ ਦੇ ਮੋਰ ਤੇ ਡਰਿੰਦੇ ਸੀਗੇ ਜਿਹੜੇ ਦੇਖਣ ਵਾਲੇ ਹੋਣਗੇ ਉਹਨਾਂ ਨੂੰ ਪਤਾ ਲੱਗੂਗਾ ਕਿ ਇਹ ਸਿੱਖ ਕੌਮ ਹੈ ਇਹ ਕਦੇ ਡਰਤੀ ਦੀ ਤੇ ਨਾ ਕਿਸੇ ਹਕੂਮਤ ਦੀ ਮੰਨਦੀ ਹੈ ਹੁਣ ਤੁਸੀਂ ਬੈਠੋ ਤੁਹਾਡੀ ਜਥਾ ਸਾਹਿਬ ਚੱਲੂਗਾ ਤੇ ਜਸਕਰਨ ਸਿੰਘ ਜੀ ਤੇ ਸਾਰੇ ਜਨਰਲ ਸੈਕਟਰੀ ਇੱਥੇ ਬੈਠਣਗੇ ਔਰ ਮੋਰ ਤੇ ਚੱਲੂਗਾ ਵਾਹਿਗੁਰੂ ਸਾਰੇ ਭਰਾ ਇੱਥੇ ਬਹਿਓ ਪਿੱਛੇ ਸਰਕਾਰ ਨੇ ਕੀਤਾ ਉਹ ਸਾਰੀ ਦੁਨੀਆ ਦੇਖ ਰਹੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੀ ਪਾਰਟੀ ਕੋਈ ਅੱਡ ਅੱਡ ਚੀਜ਼ਾਂ ਨਹੀਂ ਰਹੇ ਉਹ ਸਾਰੇ ਬੰਦੇ ਸਿਮਰਜੀਤ ਸਿੰਘ ਮਾਨ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਤਾਂ ਕਰਨਾ ਚਾਹੀਦਾ ਸੀ ਗੁਰੂ ਦੇ ਦੋਸ਼ੀਆਂ ਨੂੰ ਪਰ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਗੁਰੂ ਦਾ ਇਨਸਾਫ ਲੈਣ ਵਾਲਿਆਂ ਨੂੰ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਹੈ ਇੱਥੇ ਪੰਜਾਬ ਨੂੰ ਬਿਹਾਰ ਬਣਾ ਦਿੱਤਾ ਹੈ ਇਸ ਕਰਕੇ ਅੱਜ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨਾਲ ਗ੍ਰਿਫਤਾਰੀ ਕਰਕੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਸਿੱਖਾਂ ਦੀ ਦੋਖੀ ਸਰਕਾਰ ਹੈ ਸਾਨੂੰ ਅੱਜ ਵੀ 2 ਮਹੀਨੇ ਦੇ ਵਿੱਚ ਇਨਸਾਫ ਦੀ ਆਸ ਹੈ ਕਿ ਆਪਣਾ ਜੇ ਸਿੱਖੀ ਵਾਲਾ ਚਿਹਰਾ ਬਚਾਉਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਤੇ ਬਿਲਕੁਲ ਇਹ ਬਚਾ ਸਕਦਾ ਹੈ ਨਹੀਂ ਤੇ ਜੇ ਫਕਰੇ ਕੌਮ ਤੋਂ ਦੋਸ਼ੀ ਬਾਦਲ ਬਣ ਗਿਆ ਹੈ ਤੇ ਇਹ ਵੀ ਸਿੱਖਾਂ ਤੋਂ ਇੱਕ ਦੋਸ਼ੀ ਬਣ ਜਾਵੇਗਾ ਇਹਨੂੰ ਆਪਣਾ ਸਿੱਖੀ ਚਿਹਰਾ ਬਚਾਉਣ ਦੀ ਅੱਜ ਜ਼ਰੂਰਤ ਹੈ ਤਾਂ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਅੱਜ ਮੋਰਚਾ ਆਰੰਭ ਕਰ ਦਿੱਤਾ ਜਿਹੜਾ ਨਿਰੰਤਰ ਚੱਲੂ ਬਿਲਕੁਲ ਬਿਲਕੁਲ ਸਾਰੀ ਪਾਰਟੀ ਜਿਹੜੀ ਮੋਰਚਾ ਚਲਾਊਗੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਮਾਰ ਤੇਰੀ ਸੋਚ ਤੇ ਮਾਰ ਤੇਰੀ ਸੋਚ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਸਰਦਾਰ ਸਿਮਰਜੀਤ ਸਿੰਘ ਮਾਨ ਚਲੋ ਚਲੋ ਖਾਲਸਾ ਜਿੰਦਾਬਾਦ।
ਪ੍ਰਧਾਨ ਸਾਹਿਬ ਜੀ, ਪ੍ਰਧਾਨ ਸਾਹਿਬ ਜੀ ਨਹੀਂ ਸਾਹਿਬ ਗਰਮੀ ਹੈ ਜੀ, ਆਕੇ ਲੱਗੋ ਆਖੋ ਕੁਛ ਨਹੀਂ ਜੀ, ਕੋਈ ਗੱਲ ਨਹੀਂ, ਚਲੋ ਕੁਛ ਨਹੀਂ ਕੋਈ ਜਾਣਾ ਜੀ, ਕੋਈ ਨੀ ਗਰਮੀ ਹੈ ਸਰ, ਆਪਾਂ ਝਗੜਨਾ ਨੀ, ਕੋਈ ਝਗੜਨਾ ਨੀ, ਕੋਈ ਝਗੜਨਾ ਨੀ, ਮਾਨ ਸਾਹਿਬ ਨੇ ਆਰਡਰ ਦਿੱਤੇ ਨੇ ਆਪਾਂ ਸ਼ਾਂਤ ਵੀ ਰਹਿਣਾ, ਓਏ ਬਰਾਜੋ ਓਏ ਬਰਾਜੋ ਬਰਾਜੋ ਮਾਨ ਸਾਹਿਬ ਕਹਿ ਰਹੇ ਸੀ ਬੈਜੋ ਸਰ, ਤੁਸੀਂ ਆਰਾਮ ਨਾਲ ਬੈਜੋ, ਪਹਿਲਾਂ ਸਾਈਡ ਤੇ ਬਾਬਾ ਸਾਈਡ ਤੇ ਹੌਲੀ 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 ਹੌਲੀ, ਉਹ ਥੱਲੇ ਆਊਗਾ, ਥੱਲੇ ਆਊਗਾ, ਉਹ ਨਾ ਖੜੋ ਯਾਰ, ਆਹ ਥੱਲੇ ਆਊਗਾ, ਚਲ ਨਾ ਕਰ।